ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਲਾਂਭੇ ਹੋਏ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ ਹੈ। ਡਿੰਪੀ ਢਿੱਲੋਂ ਆਪਣੇ ਨਾਲ ਨੇ, ਢਿੱਲੋਂ ਸਾਹਿਬ ਸਵਾਗਤ ਹੈ ਪਹਿਲਾਂ ਤਾਂ ਤੁਹਾਡਾ ਨਿਊਜ਼ 18 ਪੰਜਾਬ ਤੇ। ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਜੀ। ਸੋ ਸਾਹਿਬ, ਕੀ ਫਸਟ ਰਿਐਕਸ਼ਨ ਹੈ, ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹੋ, ਕੀ ਗਤੀਵਿਧੀਆਂ ਰਹਿਣੀਆਂ, ਖਾਸ ਤੌਰ ਤੇ ਸ਼ਹਿਰ ਦੇ ਕਿਹੜੇ ਮੁੱਦੇ ਵੱਡੇ ਮੁੱਦੇ ਸੀ ਸੀਐਮ ਸਾਹਿਬ ਦੇ ਮੂਹਰੇ ਰੱਖੇ? ਪਹਿਲੀ ਪ੍ਰਾਇਓਰਟੀ ਮੇਰੀ ਇਹ ਰਹੂਗੀ ਜੀ ਹਮੇਸ਼ਾ, ਵੀ ਮੇਰੀ ਕੰਡੀਸ਼ਨ ਹੀ ਇਹੀ ਸੀ ਵੀ ਮੈਂ ਐਸੇ ਕੰਡੀਸ਼ਨ ਨਾਲ ਆਮ ਆਦਮੀ 'ਚ ਗਿਆ ਸੀ ਕਿ ਜਿੰਨੇ ਵੀ ਮੇਰੇ ਹਲਕੇ ਦੇ ਕੰਮ ਪੈਂਡਿੰਗ ਪਏ ਆ ਵੀ ਸੀਐਮ ਸਾਹਿਬ ਉਹ ਕਰਾ ਦਿਓ, ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਅਤੇ ਸੀਐਮ ਸਾਹਿਬ ਨੇ ਪਹਿਲੇ ਝਟਕੇ ਕਹਿੰਦੇ ਯਾਰ ਇਹ ਤਾਂ ਸਾਡੀ ਡਿਊਟੀ ਹੈ, ਬਹੁਤ ਹੀ ਮਤਲਬ ਕਿ ਲਹਿਜੇ ਨਾ, ਬੜੀ ਖੁੱਲ੍ਹੇ ਦਿਲ ਨਾਲ ਸੀਐਮ ਸਾਹਿਬ ਨੇ ਇਹ ਤਾਂ ਕਹਿੰਦੇ ਯਾਰ ਇਹ ਤਾਂ ਗੱਲ ਹੀ ਕੁਛ ਨਹੀਂ, ਹੋਰ ਦੱਸ ਕੋਈ ਮੰਗ। ਜਿਮਨੀ ਚੋਣ ਸਿਰ 'ਤੇ ਆ ਗਈ, ਢਿੱਲੋਂ ਸਾਹਿਬ ਕਿਵੇਂ ਦੇਖਦੇ ਹੋ? ਬੜਾ ਇੰਟਰਸਟਿੰਗ ਮੁਕਾਬਲਾ, ਕਹਿੰਦੇ ਗਿੱਦੜਬਾਦਰਿਆਂ ਨਾਲ, ਇਤਿਹਾਸ ਹੀ ਗਿੱਦੜਬਾਦਰ ਰਿਹਾ ਕਿ ਚੋਣ ਹੈ ਜਿਹੜੀ ਇੰਟਰਸਟਿੰਗ ਹੁੰਦੀ ਹੈ? ਲੱਗ ਤਾਂ ਹੀ ਰਿਹਾ ਜੀ ਬੜੀ ਇੰਟਰਸਟਿੰਗ ਹੋਊਗੀ, ਪਰ ਲੋਕ ਬਹੁਤ ਸਾਫ਼ ਦੇ ਰਹੇ ਜੀ, ਬੜਾ ਪਿਆਰ ਦੇ ਰਹੇ ਆ, ਉਮੀਦ ਤੋਂ ਪਰੇ। ਜਿਵੇਂ ਅੱਜ ਤੁਸੀਂ ਦੇਖੇ ਹੋ ਨਾ, ਤੁਸੀਂ ਉੱਥੇ ਸੀ, ਇਕੱਠ ਦੇਖਿਆ, ਅਤੇ ਮੈਨੂੰ ਉਮੀਦ ਤੋਂ ਮੇਰੀ ਤੋਂ ਡਬਲ ਹੋ ਗਿਆ। ਮੁਕਾਬਲਾ ਡੀਪੀ ਕਿਹਦੇ ਨਾਲ ਵੇਖ ਰਿਹਾ ਆਪਦਾ ਮੁਕਾਬਲਾ? ਅਕਾਲੀ ਦਲ ਨੂੰ ਪਿੱਛੇ ਛੱਡ ਆਏ ਹੋ, ਅਕਾਲੀ ਦਲ ਦੇ ਕਹਿੰਦੇ ਪ੍ਰਧਾਨ ਕਹਿੰਦੇ ਅਸੀਂ ਲੜਾਂਗੇ ਇੱਥੇ, ਮਨਪ੍ਰੀਤ ਬਾਦਲ ਕਹਿੰਦਾ ਮੈਂ ਇੱਥੋਂ ਚੁਣਾਵ ਲੜੂੰਗਾ, ਅਤੇ ਰਾਜਾ ਵੜਿੰਗ ਕਹਿੰਦਾ ਜੇ ਬਾਦਲ ਆ ਗਏ ਤਾਂ ਮੈਂ ਪਿੱਛੇ ਨਹੀਂ ਰਹਿਣਾ। ਫਿਰ ਦੇਖੀ ਜਾਊਗੀ ਜੀ, ਫਿਰ ਜੇ ਹੁਣ ਮੈਦਾਨ 'ਚ ਉਤਰ ਹੀ ਪਏ, ਹੁਣ ਕੋਈ ਆ ਜਾਏ ਜੀ, ਫਿਰ ਇਹ ਥੋੜ੍ਹੀ ਦੇਖੀ ਦੇ ਵੀ ਜੇ ਫਲਾਣਾ ਆ ਗਿਆ ਤਾਂ ਬੈਕ ਆਊਟ ਕਰ ਜਾਂਗੇ। ਕੋਈ ਅੰਕ ਲਲਕਾਰ ਨੂੰ ਕਿਵੇਂ ਦੇਖਦੇ ਹੋ? ਕਹਿੰਦੇ ਜਿੱਥੇ ਬਾਦਲ ਉੱਥੇ ਮੈਂ, ਅਤੇ ਡਿੰਪੀ ਢਿੱਲੋਂ ਨਾਲ ਵੀ ਮੁਕਾਬਲਾ ਕਹਿੰਦੇ ਮੈਨੂੰ ਮਨਜ਼ੂਰ ਹੈ। ਹਜੇ ਤੱਕ ਤਾਂ ਜਿੱਥੇ ਵੜਿੰਗ ਸਾਹਿਬ ਸੀ ਉੱਥੇ ਮੈਂ ਹੁੰਦਾ, ਅਤੇ ਹੁਣ ਜੇ ਵਿੱਚ ਬਾਦਲ ਸਾਹਿਬ ਵੀ ਆ ਜਾਣਗੇ ਤਾਂ ਫਿਰ ਜੀ ਆਇਆਂ ਨੂੰ ਜੀ ਫਿਰ ਉਹ ਵੀ ਲੜ ਸਕਦੇ ਇਲੈਕਸ਼ਨ। ਤੁਸੀਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਆ ਗਏ, ਪਰ ਜਿਹੜੇ ਪੁਰਾਣੇ ਵਰਕਰ ਨੇ ਉਹਨਾਂ 'ਚ ਕੁਛ ਬੰਦੇ ਕਿਤੇ ਨਾ ਕਿਤੇ ਹਤਾਸ਼ ਨੇ, ਕਿਵੇਂ ਉਹਨਾਂ ਨੂੰ ਇਕੱਠੇ ਕਰੋਗੇ ਇੱਕ ਛਤਰੀ ਦੇ ਥੱਲੇ? ਕਿੱਡਾ ਵੱਡਾ ਚੈਲੇਂਜ ਤੁਹਾਡੇ ਵਾਸਤੇ? ਜੀ ਮੈਂ ਉਹਨਾਂ ਨੂੰ ਦੇਖੋ ਮਜਬੂਰ ਨਹੀਂ ਕਰ ਰਿਹਾ ਬਿਲਕੁਲ ਵੀ, ਕਿਸੇ ਵੀ ਪਾਰਟੀ ਵਰਕਰ ਸਾਹਿਬਾਨ ਬੜੇ ਵੱਡੇ ਵੱਡੇ ਦਿੱਗਜ ਲੀਡਰ ਆ ਜੀ, ਮੈਨੂੰ ਪਤਾ ਮੈਂ ਪਾਰਟੀ ਕਿਵੇਂ ਛੱਡੀ ਆ, ਬੜਾ ਔਖਾ ਡਿਸੀਜ਼ਨ ਲੈਣਾ। ਮੈਂ ਉਹਨਾਂ ਨੂੰ ਇਹੀ ਕਹਿ ਕੇ ਆਇਆ, ਮੈਂ ਕਿਹਾ ਯਾਰ ਮੇਰਾ ਬੋਝ ਨਾ ਪਾਓ ਦਿਮਾਗ 'ਤੇ, ਮੈਨੂੰ ਪਤਾ ਮੈਂ ਕਿਸ ਹਾਲਾਤ ਵਿੱਚ ਦੀ ਗੁਜ਼ਰ ਰਿਹਾ, ਇਹ ਡਿਸੀਜ਼ਨ ਲੈ ਕੇ ਪਾਰਟੀ ਦਾ ਤੁਹਾਡਾ ਜੀ ਕਰਦਾ ਮੇਰੇ ਨਾਲ ਆ ਜਾਓ, ਜੀ ਆਇਆਂ ਨੂੰ, ਨਹੀਂ ਵੀ ਜੀ ਕਰਦਾ ਕੋਈ ਦਿੱਕਤ ਨਹੀਂ, ਤੁਸੀਂ ਆਪਦੀ ਸੋਚ ਦੇ ਖੁਦ ਮਾਰ। ਛੱਡਣ ਦੇ ਪਿੱਛੇ ਡਿੰਪੀ ਮੇਨ ਵਜ੍ਹਾ ਮਨਪ੍ਰੀਤ ਸਿੰਘ ਬਾਦਲ ਜਾਂ ਸੁਬੀਰ ਸਿੰਘ ਬਾਦਲ ਨੂੰ ਵੇਖਦਾ, ਮੇਨ ਕਿਹਦੀ ਮੰਨਦੇ ਹੋ, ਕਿਹਦੀ ਗਲਤੀ ਪੇਸ਼ ਕਰਨਾ? ਦੋਨਾਂ ਦੀ ਵੱਡੀ ਗਲਤੀ ਕੀਤੀ? ਦੋਨਾਂ ਦੀ ਵੱਡੀ ਗਲਤੀ ਦੇਖੋ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਹੈ, ਜਿਨ੍ਹਾਂ ਨੇ ਇਹ ਕਲੈਰਿਟੀ ਨਹੀਂ ਕੀਤੀ ਕਿ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੂੰ ਕਿਉਂ ਨਹੀਂ ਕਿਹਾ ਉਹਨਾਂ ਨੇ ਓਪਨਲੀ ਵੀ ਇਹ ਸਾਡੇ ਨਾਲ ਇਹਦਾ ਕੋਈ ਕਨੈਕਸ਼ਨ ਨਹੀਂ, ਇਹ ਬੀਜੇਪੀ 'ਚੋਂ ਆ, ਅਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਇਲੈਕਸ਼ਨ ਲੜਨਾ। ਉਹ ਕਿਉਂਕਿ ਉਹ ਇਸ ਗੱਲ ਨੂੰ ਕਹਿ ਰਹੇ ਸੀ ਨਾ ਹਰ ਪਿੰਡ ਪਿੰਡ ਜਾ ਕੇ ਕਿ ਮੈਂ ਇਲੈਕਸ਼ਨ ਲੜੂੰਗਾ, ਤੁਸੀਂ ਬੇਫਿਕਰ ਰਹੋ, ਤਿਆਰ ਰਹੋ, ਮੈਂ ਆਊਂਗਾ। ਐਂ ਕਹਿੰਦੇ ਨਹੀਂ ਸੀ ਮੈਂ ਆਊਂ ਕਿਹੜੀ ਪਾਰਟੀ ਤੋਂ, ਉਹ ਬੜੀ ਉਹਨਾਂ ਨੇ ਕਨਫਿਊਜ਼ਨ ਕ੍ਰੀਏਟ ਕਰ ਰੱਖੀ ਸੀ, ਨਾ ਬੀਜੇਪੀ 'ਚ ਲੋਕਾਂ ਨੂੰ ਸ਼ਾਮਲ ਕਰ ਰਹੇ ਸੀ। ਮੈਂ ਇਹਨਾਂ ਨੂੰ ਕਹਿ ਰਿਹਾ ਸੀ ਵੀ ਬਾਈ ਜੀ ਤੁਸੀਂ ਹਰ ਥਾਂ 'ਤੇ ਇਹਨੂੰ ਕਲੀਅਰ ਕਰੋ, ਨਹੀਂ ਕਰ ਰਹੇ ਸੀ ਕਲੀਅਰ, ਫਿਰ ਹੁਣ ਕੀ ਕਰਦੇ? ਫਿਰ ਮੈਂ ਕਿਹਾ ਸੀ, ਮੈਂ ਕਿਹਾ ਜੀ ਤੁਸੀਂ ਆਪਦਾ ਅਨਾਊਂਸ ਕਰ ਦਿਓ, ਮੈਨੂੰ ਛੱਡੋ, ਫਿਰ ਵੀ ਮੈਂ ਫਿਰ ਚਾਹੇ ਤੁਸੀਂ ਕਲੀਅਰ ਕਰੋ ਨਾ ਕਰੋ, ਉਹ ਵੀ ਨਹੀਂ ਕਰਨਾ। ਫਿਰ ਉਹੀ ਮਨਪ੍ਰੀਤ ਫਿਰ ਸਾਹਮਣੇ ਆ ਗਿਆ, ਮਨਪ੍ਰੀਤ ਕਹਿੰਦਾ ਮੈਂ ਭਾਜਪਾ ਬੰਨੀ ਹੋ, ਚੋਣ ਲੜਨਾ ਅਤੇ ਮੁਕਾਬਲਾ ਡਿੰਪੀ ਢਿੱਲੋਂ ਨਾਲ, ਫਿਰ ਸਾਹਮਣੇ ਆਉਂਗੇ ਅਤੇ ਆ ਜਾਓ, ਉਹ ਨਹੀਂ ਕੋਈ ਗੱਲ ਹੋਣ ਕਿੰਨਾ ਉਹਦੇ 'ਚ ਆਏ ਆ ਨਾ ਜੀ, ਮੈਨੂੰ ਉਹ ਪ੍ਰੋਬਲਮ ਨਹੀਂ ਸੀ, ਉੱਥੇ ਮੇਰੀ ਵੋਟ ਬੈਂਕ ਤਾਂ ਉਨੀ ਕੀ ਸੀ, ਲਿਮਿਟਿਡ ਵੋਟ ਬੈਂਕ ਸੀ ਮੇਰਾ ਅਕਾਲੀ ਦਲ ਦਾ, ਉਸੇ 'ਚੋਂ ਮਨਪ੍ਰੀਤ ਨੇ ਖਿੱਚਣੀ ਸੀ, ਉਹੀ ਮੇਰੀ ਵੋਟ ਬੈਂਕ ਸੀ ਮੇਰੀ ਇਨ ਦਾ ਸੈਂਸ ਅਕਾਲੀ ਦਲ ਦੀ, ਉਹਦੇ 'ਚ ਤਾਂ ਕਲੈਰਿਟੀ ਜ਼ਰੂਰੀ ਸੀ ਨਾ। ਹੁਣ ਤਾਂ ਮੇਰਾ ਸਰਕਲ ਵੱਡਾ ਹੋ ਗਿਆ, ਹੁਣ ਆ ਜੇ ਮਨਪ੍ਰੀਤ ਵੀ ਆ ਜੇ, ਹੁਣ ਨਹੀਂ ਕੋਈ ਪ੍ਰੋਬਲਮ।
ਸਿਆਸਤ ਕਾਫੀ ਵੱਖਰੀ ਹੈ, ਆਮ ਆਦਮੀ ਪਾਰਟੀ ਦਾ ਸਟਾਈਲ ਵਰਕਿੰਗ ਹੋਰ ਹੈ, ਅਕਾਲੀ ਦਲ ਵੇਰ ਹੋਰ ਸਟਾਈਲ ਸੀਗਾ, ਚੇਂਜ ਕਰਨ ਦੇ ਵਿੱਚ ਕਿਵੇਂ ਸਮਾਂ ਲੱਗੂਗਾ, ਪਾਰਟੀ ਦੇ ਹਿਸਾਬ ਨਾਲ ਢਲਣ ਦੇ ਵਿੱਚ ਕਿਵੇਂ ਦੇਖੋਗੇ? ਦੇਖੋ ਜੀ, ਬਦਲਣਾ ਪੈਣਾ, ਬੜਾ ਵੱਡਾ ਡਿਸੀਜਨ ਲਿਆ, ਪਾਰਟੀ ਦੇ ਅਕੋਰਡਿੰਗ ਹੀ ਚੱਲਾਂਗੇ, ਜੋ ਪਾਰਟੀ ਦੇ ਰੂਲਸ ਐਂਡ ਰੈਗੂਲੇਸ਼ਨਸ ਆ ਉਹਦੇ ਅਕੋਰਡਿੰਗ ਹੀ ਚੱਲਾਂਗੇ, ਜੋ ਪਾਰਟੀ ਹੁਕਮ ਲਾਊਗੀ ਉਵੇਂ ਹੀ ਕੰਮ ਕਰਾਂਗੇ। ਤੁਹਾਨੂੰ ਪੁੱਛਿਆ ਕਿਹੜੀ ਚੀਜ਼ ਤੋਂ ਪ੍ਰਭਾਵਿਤ ਹੋਇਆ ਡੀਪੀ ਢਿੱਲੋਂ? ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ, ਇੰਨਾ ਸਾਲ ਪੁਰਾਣਾ ਯਾਰਾਨਾ ਸੁਖਬੀਰ ਬਾਦਲ ਨਾਲ ਛੱਡਿਆ, ਸਭ ਤੋਂ ਇੰਟਰਸਟਿੰਗ ਕੀ ਲੱਗਿਆ ਇਸ ਪਾਰਟੀ ਦੇ ਵਿੱਚ ਕਿ ਯਾਰ ਮੈਂ ਇਸੇ ਪਾਸੇ ਜਾਵਾਂ? ਹੋਰ ਕੋਈ ਰਾਹ ਹੀ ਨਹੀਂ ਸੀ ਮੇਰੇ ਕੋਲ ਜੀ, ਕੋਈ ਰਾਹ ਸੀ, ਕਾਂਗਰਸ ਜਾ ਨਹੀਂ ਸਕਦਾ ਸੀ, ਠੀਕ ਆ ਜੀ, ਬੀਜੇਪੀ 'ਚ ਪਹਿਲਾਂ ਹੀ ਦੁਸ਼ਮਣ ਬੈਠਾ ਸੀ, ਅਕਾਲੀ ਦਲ ਛੱਡਣਾ ਸੀ ਤੇ ਬੀਜੇਪੀ ਆਪਣਾ ਇਕੱਲੀ ਆਮ ਆਦਮੀ ਰਹਿ ਗਈ। ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਐਕਸੈਪਟ ਕਰ ਲਿਆ। ਨਹੀਂ, ਕਾਂਗਰਸ ਵਾਲਾ ਕੀ ਡੰਗ ਚੱਲੀ ਆਪਣੇ? ਡੰਗ ਨਹੀਂ ਚੱਲੀ, ਉਸੇ ਨਾਲ ਤਾਂ ਹਰ ਵਾਰੀ ਮੁਕਾਬਲਾ ਹੁੰਦਾ ਜੀ ਵੜਿੰਗ ਸਾਹਿਬ ਨਾਲ, ਤੇ ਉਹਨਾਂ ਦੇ ਨਾਲ ਹੀ ਮੈਂ ਕਿਵੇਂ ਸ਼ਾਮਿਲ ਹੋ ਜਾਂ, ਹੋ ਨਹੀਂ ਸਕਦਾ। ਵੈਸੇ ਵੀ ਮੈਨੂੰ ਕਾਂਗਰਸ ਪਾਰਟੀ ਦੇਖੋ ਅੱਜ ਦੀ ਘੜੀ ਮੈਨੂੰ ਬਾਹਲੀ ਪਸੰਦ ਨਹੀਂ, ਜਦੋਂ ਦਾ ਉਹਨਾਂ ਨੇ ਆਪਣਾ ਹਰਿਮੰਦਰ ਸਾਹਿਬ 'ਤੇ ਅਟੈਕ ਕੀਤਾ ਨਾ, ਹੋ ਸਕਦਾ ਕੱਲ੍ਹ ਨੂੰ ਮਤਲਬ ਕਿ ਸਰਕਮਸਟਾਂਸਿਸ ਦਾ ਪਤਾ ਨਹੀਂ ਹੁੰਦਾ, ਪਰ ਇੱਕ ਦਿਲ ਦੇ ਵਿੱਚ ਇੱਕ ਉਹ ਹੈਗੀ ਇੱਕ ਚੀਜ਼ ਵੀ ਯਾਰ ਇਹਦੇ 'ਚ ਨਹੀਂ ਜਾਣਾ। ਪਰ ਲੋਕ ਕਹਿੰਦੇ ਹੁਣ ਤਾਂ ਅਮਰਿੰਦਰ ਸਿੰਘ ਰਾਜਵੜਿੰਦਰ ਨਾਲ ਢਿੱਲੋਂ ਦੀ ਇੱਕ ਗੱਲ ਹੈ, ਕਹਿੰਦੇ ਦੋਸਤੀ ਚੰਗੀ ਹੈ, ਕਹਿੰਦੇ ਸਾਨੂੰ ਕਦੋਂ ਇਕੱਠੇ ਉਹਨੂੰ ਚੂਰੀ ਖਾਂਦੇ ਦੇਖ ਲਿਆ ਜੀ ਲੋਕਾਂ ਨੇ, ਕੋਈ ਇਹੋ ਜਿਹੀ ਗੱਲਬਾਤ ਨਹੀਂ, ਕੋਈ ਇਹੋ ਜਿਹੀ ਗੱਲਬਾਤ ਨਹੀਂ, ਜਦੋਂ ਜੇ ਇਲੈਕਸ਼ਨ 'ਚ ਆ ਕੇ ਤੁਹਾਨੂੰ ਪਤਾ ਲੱਗ ਜੂਗਾ। ਕੀ ਲੱਗਦਾ ਢਿੱਲੋਂ ਸਾਹਿਬ ਮਿਹਨਤ ਕਿੰਨੀ ਕਰਨੀ ਪਊਗੀ? ਪਹਿਲਾਂ ਅਕਾਲੀ ਦਲ ਦੇ ਪੱਕੇ ਵਰਕਰ ਸੀ, ਕੁਛ ਤੁਹਾਡੇ ਵਰਕਰ ਨਾਲ ਵੀ ਆਏ ਆ, ਕੁਛ ਰਹੇ ਵੀ ਹੋਣਗੇ, ਮਿਹਨਤ ਤੁਹਾਡੀ ਪਹਿਲਾਂ ਦੇ ਮੁਕਾਬਲੇ ਕਿੰਨੀ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਵੱਧ ਗਈ, ਖਾਸ ਤੌਰ 'ਤੇ ਪਿੰਡਾਂ ਦੇ ਵਿੱਚ? ਇੱਕ ਵਾਰੀ ਤਾਂ ਬਹੁਤ ਮਿਹਨਤ ਕਰਨੀ ਪੈਣੀ ਹੈ, ਪਿੰਡਾਂ 'ਚ ਦਿਨ ਰਾਤ ਇੱਕ ਕਰਨਾ ਪੈਣਾ, ਫਿਰ ਹੀ ਗੱਡੀ ਚੱਲਣੀ ਹੈ, ਫਿਰ ਕਿਰਪਾ ਮਾਲਕ ਨੇ ਕਰਨੀ ਹੈ, ਆਪਾਂ ਮਿਹਨਤ ਕਰਨੀ। ਫਿਰ ਸਭ ਵੱਡਾ ਮੁੱਦਾ ਕੀ ਹੈ? ਚੋਣ ਸਿਰ 'ਤੇ ਹੈ, ਜਿਮਨੀ ਚੋਣ ਅਨਾਊਂਸ ਕਦੋਂ ਮਰਜ਼ੀ ਹੋ ਸਕਦੀ ਹੈਗੀ, ਵੱਡਾ ਮੁੱਦਾ ਕਿਹੜਾ ਲੱਗਦਾ ਜਿਹੜੀ ਦੁੱਖ ਦੀ ਰਗ ਹੈ ਵੋਟਰਾਂ ਦੀ, ਜਿਹਨੂੰ ਫੜਿਆ ਜਾਵੇ, ਟਟੋਲਿਆ ਜਾਵੇ ਸ਼ਹਿਰ ਦੇ ਪਿੰਡਾਂ ਦੀ? ਡਿਵੈਲਪਮੈਂਟ, ਡਿਵੈਲਪਮੈਂਟ ਬੜੀ ਜ਼ਰੂਰਤ ਆ, ਜਿਵੇਂ ਸ਼ਹਿਰ 'ਚ ਤਾਂ ਦੋ ਵੱਡੀਆਂ ਸਮੱਸਿਆਵਾਂ, ਇੱਕ ਸੀਵਰੇਜ ਦੀ, ਇੱਕ ਵਾਟਰਵਰਕਸ ਦੀ, ਹਾਂ ਇਹ ਬਹੁਤ ਵੱਡੀਆਂ ਸਮੱਸਿਆ। ਪਿੰਡਾਂ ਦੀਆਂ ਤਾਂ ਬਹੁਤ ਸਮੱਸਿਆਵਾਂ ਜੀ, ਜਿਹੜੀਆਂ ਮੇਨ ਮੇਨ ਆ ਅਤੇ ਉਹ ਤਾਂ ਇੱਕਦਮ ਇਮੀਡੀਏਟਲੀ ਚੱਕਾਂਗੇ। ਤਿਆਰੀਆਂ ਫਿਰ ਜਿਮਨੀ ਚੋਣ ਦੀਆਂ ਪੂਰੀਆਂ? ਬਿਲਕੁਲ ਤਿਆਰੀਆਂ, ਬਿਲਕੁਲ ਤਿਆਰੀਆਂ, ਬਿਲਕੁਲ। ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਾਫੀ ਖੁਸ਼ ਨਜ਼ਰ ਆ ਰਹੇ ਨੇ, ਹਾਲਾਂਕਿ ਮੁੱਖ ਮੰਤਰੀ ਨੇ ਅੱਜ ਹੀ ਪਾਰਟੀ ਦੇ ਵਿੱਚ ਇਹਨਾਂ ਨੂੰ ਜੁਆਇਨਿੰਗ ਕਰਾਈ ਆ, ਔਰ ਜਲਦੀ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ। ਗਿੱਦੜਬਾਹਾ ਤੋਂ ਸਹਿਯੋਗੀ ਕੈਮਰਾਮੈਨ ਸੁਖਜਿੰਦਰ ਸਿੰਘ ਦੇ ਨਾਲ ਸੂਰਜ ਭਾਨ, ਨਿਊਜ਼ 18 ਪੰਜਾਬ।